ਬੜੀ ਚਿੰਤਾ ਦਾ ਵਿਸ਼ਾ ਹੈ। ਜੈਸੇ ਮਹਾਰਾਸ਼ਟਰ ਦੇ ਨੇਤਾ ਹੈ ਉਹ ਇੱਕ ਸੂਬੇ ਦੇ 70,000 ਤੋਂ ਵੱਧ ਕਿਸਾਨ ਖੁਦਕੁਸ਼ੀ ਕਰਕੇ ਪੂਰੇ ਦੇਸ਼ ਦੇ, ਔਰ ਇਹਦੀ ਮੁੱਖ ਵਜ੍ਹਾ ਇਹ ਦੇਸ਼ ਦੀ ਖੇਤੀ ਨੀਤੀ ਅੱਛੀ ਨਹੀਂ ਬਣੀ। ਇਹਦੀ ਮੁੱਖ ਵਜ੍ਹਾ ਕਾਂਗਰਸ ਪਾਰਟੀ ਨੇ ਲੰਮਾ ਸਮਾਂ ਰਾਜ ਕੀਤਾ, ਖੇਤੀ ਨੀਤੀ ਠੀਕ ਨਹੀਂ ਕੀਤੀ, ਉਹਨਾਂ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਆਉਂਦੀ ਸੀ ਸਾਨੂੰ ਆਰਥਿਕ ਕੰਗਾਲ ਕਰਨ ਦੀ, ਔਰ ਮੋਦੀ ਸਾਹਿਬ ਨੇ ਕਾਂਗਰਸ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ 4 ਕਦਮ ਅੱਗੇ ਜਾ ਕੇ ਜਦੋਂ ਤੋਂ ਇਹ ਆਇਆ ਉਦੋਂ ਤੋਂ ਹੀ ਪੂਰੇ ਸਾਡੇ ਹੱਥ ਧੋ ਕੇ ਮਗਰ ਪੈ ਗਿਆ। ਬਹੁਤ ਸਾਰੇ ਕਿਸਾਨ ਵਿਰੋਧੀ ਫੈਸਲੇ ਲੈ ਰਿਹਾ ਹੈ, ਇੱਥੋਂ ਤੱਕ ਵੀ ਮੈਂ ਅੱਜ ਤੁਹਾਡੇ ਸਾਹਮਣੇ ਸਪਸ਼ਟ ਕਰਨਾ ਚਾਹੁੰਦਾ ਵਾਂ, ਜਦੋਂ 2014 ਵਿੱਚ ਵੋਟਾਂ ਆਈਆਂ, ਐਮ ਐਲ ਸਵਾਮੀਨਾਥਨ ਫਾਰਮੂਲਾ ਬੜਾ ਚਰਚਾ 'ਚ, ਮੀਡੀਆ ਵਿੱਚ, ਸਾਡੇ ਲੋਕਾਂ ਵਿੱਚ, ਬੁੱਧੀਜੀਵਾਂ ਵਿੱਚ, ਅਤੇ ਇਹਨੇ ਕਿਹਾ ਵੀ ਜਿਹੜਾ ਮਨਮੋਹਨ ਸਿੰਘ ਨੇ ਸਰਕਾਰ ਨੇ ਕੰਮ ਨਹੀਂ ਕੀਤਾ, ਸੋਨੀਆ ਨੇ ਕੀਤਾ, ਮੈਨੂੰ ਲੈ ਕੇ ਆਓ, ਮੈਂ ਸਵਾਮੀਨਾਥਨ ਫਾਰਮੂਲਾ ਲਾਗੂ ਕਰਾਂਗਾ। ਸੋ ਉਹ ਜਦੋਂ ਲੋਕਾਂ ਦੀਆਂ ਵੋਟਾਂ ਕਰੋੜਾਂ ਠੱਗ ਲਈਆਂ, ਅਤੇ ਹੁਣ ਮੇਰੇ ਵੱਲੋਂ ਇੰਡੀਅਨ ਫਾਰਮਰ ਐਸੋਸੀਏਸ਼ਨ ਦਾ ਮੈਂ ਪ੍ਰੈਜੀਡੈਂਟ ਵੀ ਹਾਂ, ਕਿਸਾਨ ਵਿੰਗ ਦਾ ਵੀ ਪ੍ਰਧਾਨ ਹੈ। ਸੋ ਇਹ ਹੁਣ ਸੁਪਰੀਮ ਕੋਰਟ ਦੇ ਵਿੱਚ ਇੱਕ ਹਲਫਨਾਮਾ ਦੇ ਕੇ ਉਹ ਇਹ ਸਪਸ਼ਟ ਕਰ ਰਿਹਾ ਹੈ ਵੀ ਜੇ ਸਵਾਮੀਨਾਥਨ ਫਾਰਮੂਲਾ ਮੰਨ ਲਿਆ ਜਾਏ ਤਾਂ ਦੇਸ਼ ਵਿੱਚ ਵੱਡੇ ਪੈਮਾਨੇ 'ਤੇ ਗੜਬੜ ਪੈਦਾ ਹੋ ਜਾਣੀ। ਅੱਜ ਮੈਂ ਤੁਹਾਡੇ ਰਾਹੀਂ ਮੋਦੀ ਸਾਹਿਬ ਤੋਂ ਪੁੱਛਣਾ ਚਾਹੁੰਦਾ ਵਾਂ, ਜਦੋਂ ਕਰੋੜਾਂ ਕਿਸਾਨਾਂ ਦੀਆਂ ਵੋਟਾਂ ਲੁੱਟਣੀਆਂ ਸੀ ਉਦੋਂ ਤਾਂ ਗੜਬੜ ਪੈਦਾ ਨਹੀਂ ਸੀ ਹੁੰਦੀ, ਜੇ ਹੁਣ ਮਾਣਯੋਗ ਸੁਪਰੀਮ ਕੋਰਟ ਇਹ ਬੜਾ ਗੰਭੀਰਤਾ ਨਾਲ ਇਸ ਕੇਸ ਨੂੰ ਲੈ ਰਿਹਾ ਹੈ, ਉਹਦੇ ਤੋਂ ਸਪਸ਼ਟੀਕਰਨ ਮੰਗ ਰਿਹਾ ਵੀ ਕਿਉਂ ਦੱਬਿਆ, ਮਨਮੋਹਨ ਸਿੰਘ ਨੇ ਕਿਉਂ ਨਹੀਂ ਲਾਗੂ ਕੀਤਾ, ਤੂੰ ਆਪਦੇ ਮੈਨੀਫੈਸਟੋ 'ਚ ਵਾਹ ਵਾਹ ਕੀਤਾ, ਕਿਉਂ ਭੱਜ ਰਿਹਾ ਹੈ ਕਿ ਹੁਣ ਗੜਬੜ ਪੈਦਾ ਹੋ ਰਹੀ ਹੈ। ਉਹਦਾ ਮੈਂ ਜੋ ਹਲਫਨਾਮਾ ਦਿੱਤਾ ਹੈ ਉਹ ਵੀ ਚੋਣਵੇਂ ਸੀਨੀਅਰ ਪੱਤਰਕਾਰ ਮੇਰੇ ਤੋਂ ਲੈ ਸਕਦੇ ਕਿੰਨੇ ਸਾਰੇ ਮੁੰਡਿਆਂ ਕੋਲ। ਸੋ ਇਹ ਬੜਾ ਵਿਸਫੋਟਕ ਮਾਮਲਾ ਹੈ। ਅਸੀਂ ਦੇਸ਼ ਦੇ ਕਿਸਾਨ ਬਹੁਤ ਅਨਪੜ੍ਹ ਲੋਕ ਆ, ਸਾਡੀ ਅਨਪੜ੍ਹਤਾ ਦਾ ਵੀ ਨਜਾਇਜ਼ ਫਾਇਦਾ ਰਾਜਨੀਤਿਕ ਪਾਰਟੀਆਂ ਨੇ ਪਾਇਆ, ਪਾੜੋ ਅਤੇ ਰਾਜ ਕਰੋ ਦਾ ਵੀ ਪਲਟਾ ਪਾਇਆ, ਸਾਡੀਆਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਖਿਲਰ ਗਈਆਂ। ਹੁਣ ਅਸੀਂ ਪਿਛਲੇ ਸਾਲ ਲਾਲ ਬਹਾਦਰ ਸ਼ਾਸਤਰੀ, ਦੇਸ਼ ਦਾ ਕਿਸਾਨ ਮੰਨਦਾ ਵੀ ਉਹ ਮਾਣਦਾਰ ਪ੍ਰਧਾਨ ਮੰਤਰੀ ਦੇਸ਼ ਨੂੰ ਮਿਲਿਆ, ਥੋੜ੍ਹੇ ਸਮੇਂ ਵਾਸਤੇ ਮਿਲਿਆ, ਅਤੇ ਉਹਦੀ ਸਮਾਧੀ 'ਤੇ ਅਸੀਂ ਇਕੱਠੇ ਹੋ ਕੇ ਫਿਰ ਖੇਰੂ ਖੇਰੂ ਹੋਈ ਕਿਸਾਨਾਂ ਦੀ ਸ਼ਕਤੀ ਇਕੱਠੀ ਕਰਨ ਵਾਸਤੇ ਅਸੀਂ ਬੀੜਾ ਚੁੱਕਿਆ। 13 ਪ੍ਰਮੁੱਖ ਕਿਸਾਨ ਜਥੇਬੰਦੀਆਂ ਜਿਹੜੀਆਂ ਦੇਸ਼ ਦੇ ਵਿੱਚ ਵੱਡੀ ਪੈਮਾਨੇ 'ਤੇ ਦੇਸ਼ ਦੇ ਕਿਸਾਨਾਂ ਦੀ ਸੇਵਾ ਕਰ ਰਹੀਆਂ ਨੇ, ਉਹਨਾਂ ਨੂੰ ਇਕੱਠਾ ਕਰਕੇ ਅਸੀਂ ਭਾਰਤ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਰੋੜਾਂ ਅਰਬਾਂ ਰੁਪਏ ਦੇ ਕਰਜ਼ਾਈ ਕਿਸਾਨਾਂ ਵਾਸਤੇ ਕਰਜ਼ਾ ਨਹੀਂ ਬਣਦਾ, ਅਸੀਂ ਕਿਸਾਨ ਕਰਜ਼ਾ ਮੁਕਤੀ ਅੰਦੋਲਨ ਸ਼ੁਰੂ ਕੀਤਾ ਪਿਛਲੇ ਸਾਲ ਤੋਂ। ਅੱਜ ਵੀ ਅੱਡ ਵੱਡੀਆਂ ਕਿਸਾਨ ਜਥੇਬੰਦੀਆਂ ਦੇ ਲੀਡਰ ਆਏ ਨੇ। ਅਸੀਂ ਅੱਜ ਇਹ ਵੀ ਸਪਸ਼ਟ ਕਰਨਾ ਚਾਹੁੰਦੇ ਹਾਂ, ਅਸੀਂ ਜਿੱਥੇ ਰਾਜਨੀਤਿਕ ਹੁਣ ਤੀਕਰ ਪਛੜ ਗਏ, ਅੱਜ ਅਸੀਂ ਸਪਸ਼ਟ ਐਲਾਨ ਕਰਨਾ ਚਾਹੁੰਦੇ ਹਾਂ, ਜਿੱਥੇ ਅਸੀਂ ਛਾਤਮਈ ਕਿਸਾਨ ਅੰਦੋਲਨ ਕੀਤੇ, ਸਾਨੂੰ ਇਹਨਾਂ ਕੁੱਟਿਆ, ਜੇਲ੍ਹਾਂ ਵਿੱਚ ਬੰਦ ਕੀਤਾ, ਅੱਜ ਅਸੀਂ ਪੰਜਾਬ ਦੀਆਂ ਵਿਧਾਨ ਸਭਾ ਜਿਹੜੀਆਂ ਚੋਣਾਂ ਹੋ ਰਹੀਆਂ ਨੇ, BJP ਦੀਆਂ 23 ਸੀਟਾਂ ਉੱਤੇ ਪੰਜਾਬ ਦਾ ਕਿਸਾਨ ਪੂਰਾ ਗੁੱਸੇ ਦਾ ਬਦਲਾ ਲੈ ਕੇ ਉਹਨਾਂ 23 ਸੀਟਾਂ ਦੇ ਲਗਭਗ ਵੀ ਹਾਰ ਦੇਗੀ। ਪਰ UP ਤੋਂ ਆਲ ਇੰਡੀਆ ਦੇ ਜਨਰਲ ਸੈਕਟਰੀ ਆਏ ਨੇ, ਉਹ ਵੀ ਤੁਹਾਨੂੰ ਸੰਬੋਧਨ ਹੋਣਗੇ। UP ਦੇ ਵਿੱਚ ਭਾਰਤੀ ਪੂਰੇ ਭਾਰਤ ਦੇ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਸਾਰੇ ਕੈਂਡੀਡੇਟਾਂ ਨੂੰ ਹੈਰਾਨ ਅਤੇ ਸਿਰ ਤੋੜ ਅਸੀਂ ਯਤਨ ਕਰਾਂਗੇ ਤਾਂ ਕਿ ਦੇਸ਼ ਨੂੰ ਅਸੀਂ ਬਚਾਇਆ ਜਾਏ, ਔਰ ਮੋਦੀ ਦੇ ਜਿਹੜੇ ਲੱਛੇਦਾਰ ਭਾਸ਼ਣ ਨੇ ਉਹਨਾਂ ਤੋਂ ਜਾਣੂ ਕਰਾ ਕੇ ਦੇਸ਼ ਦੇ ਕਿਸਾਨਾਂ ਨੂੰ ਅਸੀਂ ਇੱਕ ਪਲੇਟਫਾਰਮ 'ਤੇ ਲਿਆ ਕੇ UP ਅਤੇ ਪੰਜਾਬ ਦੇ ਵਿੱਚ ਰਾਜਨੀਤਿਕ ਵੋਟ ਦੀ ਚੋਟ ਮਾਰ ਕੇ ਅਸੀਂ ਲੱਕ ਤੋੜ ਵੀ ਇਹਨਾਂ ਨੂੰ ਹਾਰ ਦੇਣੀ ਚਾਹੁੰਦੇ ਹਾਂ। ਸੋ ਮੈਂ ਬਾਤਚੀਤ ਕਰਾਉਣਾ ਚਾਹੁੰਦਾ ਵਾਂ, ਮੇਰੇ ਸੱਜੇ ਪਾਸੇ ਲਾਲ ਬਹਾਦਰ ਸ਼ਾਸਤਰੀ ਦੇ ਸਮਾਧੀ ਦੇ ਲਾਲ ਬਹਾਦਰ ਸ਼ਾਸਤਰੀ ਦੇ ਦੋਹਤੇ ਸੰਜੇ ਦਾਸ ਸਿੰਘ ਜੀ ਨੇ, ਆ ਮੇਰੇ ਖੱਬੇ ਪਾਸੇ ਆਪਣੇ ਰਘੁਨਾਥ ਦਾਦਾ ਪਾਟਲ, ਜੋ ਦੱਖਣੀ ਸਟੇਟਾਂ ਦੇ ਬਹੁਤ ਮਜ਼ਬੂਤ ਲੀਡਰ, ਜੋਸ਼ੀ ਸਾਹਿਬ ਦੀ ਜਿਹੜੀ ਵਿਰਾਸਤ ਇਹਨਾਂ ਨੇ ਸਾਂਭੀ, 18 ਕੈਡਰ ਉਹਨਾਂ ਦੇ ਮਰਨ ਤੋਂ ਬਾਅਦ ਆਪਣੇ ਸਿਹਤਕਾਰੀ ਸੰਗਠਨਾਂ ਦੇ ਕੌਮੀ ਪ੍ਰਧਾਨ ਨੇ, ਭਾਰਤੀ ਕਿਸਾਨ ਯੂਨੀਅਨ ਦੇ ਬਹੁਤ ਸਿਰਕੱਢ ਜਨਰਲ ਸੈਕਟਰੀ ਆਏ ਨੇ, ਉਹ ਵੀ UP ਦੀ ਤੁਹਾਨੂੰ ਸਾਰੀ ਹਾਲਾਤ ਦੱਸਣਗੇ। ਆਪਣੇ ਸਾਡੇ ਕਿਸਾਨ ਮੰਚ ਦੇ ਪ੍ਰਧਾਨ ਪੰਜਾਬ ਦੇ ਸਰਦਾਰ ਬੈਠੇ ਨੇ ਬਰਦੇਵ ਸਿੰਘ, ਇੱਧਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਜਿਹੜੀ ਬਹੁਤ ਵੱਡੀ ਕਰਤਾਰ ਸਿੰਘ ਜੀ ਅਗਵਾਈ ਕਰ ਰਹੇ ਨੇ, ਉਹ ਵੀ ਬੈਠੇ ਨੇ। ਅਸੀਂ ਆਉਣ ਵਾਲੇ ਸਮੇਂ ਵਿੱਚ ਖਿੜੀ ਪੁੜੀ ਕਿਸਾਨਾਂ ਦੀ ਸ਼ਕਤੀ ਇੱਕ ਪਲੇਟਫਾਰਮ 'ਤੇ ਲਿਆ ਕੇ ਰਾਜਨੀਤਿਕ ਲੋਕਾਂ ਨੂੰ ਅਸੀਂ ਹਰ ਤਰ੍ਹਾਂ ਦੀ ਟੱਕਰ ਦੇਵਾਂਗੇ, ਭਾਵੇਂ ਉਹ ਰਾਜਸੀ ਵੋਟ ਦੀ ਵੋਟ ਹੋਵੇ ਅਤੇ ਭਾਵੇਂ ਕੋਈ ਅੰਦੋਲਨ ਦੀ ਗੱਲ ਹੋਵੇ। ਅਸੀਂ ਅੱਜ ਇਹ ਵੀ ਐਲਾਨ ਕਰਦੇ ਹਾਂ, ਦਿੱਲੀ 23 ਮਾਰਚ ਨੂੰ ਲੱਖਾਂ ਕਿਸਾਨ ਦੇਸ਼ ਦੇ ਕੋਨੇ ਕੋਨੇ ਤੋਂ ਆ ਕੇ ਮੋਦੀ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਚਿਰਾਏ ਭਾਂਡਾ ਭੰਨ ਕੇ
ਉੱਥੇ ਅਗਲੀ ਰਣਨੀਤੀ ਦਾ ਸੀ ਲਾਣ ਕਰਾਂਗੇ 23 ਮਾਰਚ ਦਿਨ ਕਿਉਂ ਚੁਣਿਆ ਦੇਸ਼ ਦੀ ਯਾਦੀ ਵਾਸਤੇ ਭਗਤ ਸਿੰਘ ਰਾਜਗੁਰੂ ਸਰਦੇਵ ਨੇ ਫਾਸੀਆਂ ਦੇ ਫੰਡੇ ਤੇ ਚੜ ਕੇ ਦੇਸ਼ ਦੀ ਯਾਦੀ ਲੈ ਦਿੱਤੀ ਅੱਜ ਅਸੀਂ ਆਰਥਿਕ ਗੁਲਾਮ ਰਾਜਨੀਤੀ ਭਾਵੇਂ ਉਹਨਾਂ ਮਾਂ ਸੂਰਬੀਰਾਂ ਨੇ ਲੈ ਕੇ ਦਿੱਤੀ ਪਰ ਦੇਸ਼ ਦੀ ਖੇਤੀ ਨੀਤੀ ਗਲੀ ਛੜੀ ਹੋਣ ਕਰਕੇ ਜੋ ਸਾਡੇ ਆਰਥਿਕ ਹਾਲਾਤ ਮਾੜੇ ਬਣੇ ਨੇ ਉਹਨਾਂ ਦਾ ਅਸੀਂ ਬਦਲਾ ਲੈਣ ਵਾਸਤੇ ਬੀੜਾ ਚੁੱਕਿਆ 23 ਮਾਰਚ ਨੂੰ ਲੱਖਾਂ ਕਿਸਾਨ ਅੱਜ ਅਸੀਂ 13 ਕਿਸਾਨ ਜਥੇਬੰਦੀਆਂ ਅਗਲੇ ਦਿਨਾਂ ਵਿੱਚ ਅਸੀਂ ਜਿੰਨੇ ਵੀ ਜਿੱਥੇ ਵੀ ਕਿਸਾਨ ਦੀ ਬਿਹਤਰੀ ਵਾਸਤੇ ਚਾਹੇ ਉਹ ਪੰਜਾਬ ਦੀ ਧਰਤੀ 'ਤੇ ਕੰਮ ਕਰ ਰਹੇ ਨੇ ਚਾਹੇ ਦੇਸ਼ ਦੇ ਕਿਸੇ ਕੋਨੇ 'ਤੇ ਕੰਮ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਲਿਆ ਕੇ ਅਸੀਂ ਮਜ਼ਬੂਤ ਕਿਸਾਨ ਅੰਦੋਲਨ ਕਿਸਾਨ ਅੰਦੋਲਨ ਦੇ ਨਾਲ ਰਾਜਨੀਤਿਕ ਅੰਦੋਲਨ ਵੀ ਸ਼ੁਰੂ ਕਰਾਂਗੇ ਤਾਂ ਕਿ ਅਸੀਂ ਹਰ ਤਰ੍ਹਾਂ ਦੀ ਲੜਾਈ ਦਾ ਇਹਨਾਂ ਨੂੰ ਮੂੰਹ ਤੋੜ ਜਵਾਬ ਦੇ ਸਕੀਏ ਰਘੂੜਾ ਦਾਦਾ ਜੀ ਨੂੰ ਮੈਂ ਬੇਨਤੀ ਕਰਾਂਗਾ ਬਹੁਤ ਦੂਰੋਂ ਆਏ ਨੇ ਬਹੁਤ ਵੱਡੇ ਨੇਤਾ ਨੇ ਚਾਰ ਕੁ ਨੇਤਾ ਮੈਂ ਤੁਹਾਡੇ ਟਾਈਮ